ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ, ਉਮਰ ਉਹਦੀ 26 ਸਾਲ ਦੇ ਲਾਗੇ ਹੈ ਅਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਅਤੇ ਉਹ 10ਵੀਂ ਕਲਾਸ ਤੱਕ ਪੜ੍ਹਿਆ ਹੋਇਆ। ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਅਤੇ ਫੈਸਟਿਨ ਪੈਲੇਸ ਦੇ ਲਾਗੇ ਜਾ ਕੇ ਕੱਲ੍ਹ ਦੁਪਹਿਰ 12 ਵਜੇ ਅਤੇ ਉਹਨੂੰ ਉਹਦੇ ਕੋਲੋਂ ਸਨੈਚਿੰਗ ਕਰ ਲਈ, ਆਟੋ ਚਾਲਕ ਨੇ ਸਨੈਚਿੰਗ ਕਰ ਲਈ ਅਤੇ ਸਨੈਚਿੰਗ ਵਿੱਚ ਇੱਕ ਮੋਬਾਈਲ ਫੋਨ, ਸੋਨੇ ਦੀ ਵਾਲੀਆਂ ਅਤੇ 5000 ਰੁਪਏ ਉਹਨੇ ਲੁੱਟ ਲਏ ਸੀਗੇ ਅਤੇ ਜੋ ਕਿ ਵੇਰਕਾ ਪੁਲਿਸ ਅਤੇ ACP ਈਸਟ ਸਰਦਾਰ ਗੁਰਿੰਦਰਬੀਰ ਸਿੰਘ ਨੇ ਬਹੁਤ ਹੀ ਮੁਸਤੈਦੀ ਨਾਲ ਐਕਟ ਅਪੋਨ ਕਰਦੇ ਹੋਏ ਅਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਅਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ। ਥੈਂਕ ਯੂ। ਇਸ ਤੋਂ ਇਲਾਵਾ ਇਹਦੇ 'ਤੇ ਆਪਣਾ 3 ਮੁਕੱਦਮੇ ਹੋਰ ਨੇ, ਜਿਹੜਾ ਕਿ ਇੱਕ ਥਾਣਾ ਮਕਬੂਲਪੁਰਾ 'ਤੇ ਹੈ ਅਤੇ 2 ਅੰਮ੍ਰਿਤਸਰ ਰੂਰਲ ਵਿੱਚ ਹੈਗੇ ਜੰਡਿਆਲਾ ਗੁਰੂ ਥਾਣੇ ਦੇ ਵਿੱਚ, ਉਹ ਵੀ ਸਨੈਚਿੰਗ ਅਤੇ ਚੋਰੀਆਂ ਦੇ ਹੈਗੇ ਜੀ। ਇਹ ਆਟੋ ਚਲਾਉਂਦਾ ਸੀਗਾ ਅਤੇ ਆਟੋ ਦਾ ਨੰਬਰ ਹੈ PB02EV3156, ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ। ਆਟੋ ਦੇ ਵਿੱਚ ਹੀ ਇਹਨੇ ਕੀਤੀ ਹੈ ਜੀ। ਇਸ ਤੋਂ ਪਹਿਲਾਂ ਇਹਦੇ 3 ਮੁਕੱਦਮੇ ਹੋਰ ਦਰਜ ਨੇ ਜੀ। ਉਹ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ, ਅਸੀਂ ਆਪਣਾ ਕੱਲ੍ਹ ਹੀ ਇਹਨੂੰ ਅਰੈਸਟ ਕੀਤਾ, ਅਸੀਂ ਪੁਲਿਸ ਰਿਮਾਂਡ ਲੈ ਕੇ ਹਾਲੇ ਇਹ ਤੋਂ ਹੋਰ ਪੁੱਛਗਿੱਛ ਕਰਾਂਗੇ ਜੀ। ਮੌਕੇ 'ਤੇ ਰਿਕਵਰੀ ਕਰ ਲਈ ਜੀ। ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ, ਉਹ ਹਾਲੇ ਮੈਡੀਕਲ ਰਿਪੋਰਟ ਆਉਣ 'ਤੇ ਪਤਾ ਚੱਲਿਆ। ਨਿਕਲਣਾ ਹੀ ਲੁੱਟਦਾ ਜੀ। 302 ਦਾ ਮੁਕੱਦਮਾ ਹੈਗਾ ਜੀ। ਇਹਦੇ 'ਚ ਪਹਿਲਾਂ ਅਸੀਂ 7 ਦੋਸ਼ੀ ਗ੍ਰਿਫਤਾਰ ਕਰ ਲਏ ਸੀ, ਸਾਹਿਲਪ੍ਰੀਤ ਸਿੰਘ, ਅਭੀਗਿਲ, ਸੰਜੂ, ਪਰਮਦੀਪ, ਨਿਖਿਲ, ਰਾਜਕੁਮਾਰ ਅਤੇ ਯੁਵਰਾਜ, ਅਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ 1 ਪਿਸਟਲ 32 ਬੋਰ ਅਤੇ 2 ਰਾਊਂਡ ਅਤੇ 1 ਮੋਟਰਸਾਈਕਲ ਸਪਲੈਂਡਰ। ਇਸੀ ਮੁਕੱਦਮੇ 'ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ, ਉਹ ਹੈਗਾ ਯੁਵਰਾਜ ਸਿੰਘ। ਉਹਦੀ ਉਮਰ ਕਰੀਬ 22 ਸਾਲ ਹੈਗੀ ਹੈ ਅਤੇ 12ਵੀਂ ਕਲਾਸ ਪੜ੍ਹਿਆ ਅਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਅਤੇ ਮਜੀਠਾ ਰੋਡ ਦਾ ਰਹਿਣ ਵਾਲਾ ਇੱਥੇ ਅੰਮ੍ਰਿਤਸਰ ਦੇ ਵਿੱਚ, ਅਤੇ ਇਹਨੂੰ ਵੀ ਕੱਲ੍ਹ ਹੀ ਅਸੀਂ 5/10/2024 ਨੂੰ ਇਹਨੂੰ ਗ੍ਰਿਫਤਾਰ ਕੀਤਾ ਜੀ। ਅਤੇ ਇਸ ਤੋਂ ਇਲਾਵਾ CIS ਸਟਾਫ 1 ਨੇ ਕੱਲ੍ਹ ਇੰਡੀਆ ਗੇਟ ਲਾਗੇ ਆਪਣਾ ਨਾਕਾ ਲਾਇਆ ਸੀ, ਮਿਸਟਰ ਅਮਨਦੀਪ ਸਿੰਘ CI ਇੰਚਾਰਜ ਨੇ ਖੁਦ ਲਾਇਆ ਸੀ ਅਤੇ ਆਪਣਾ ਇੱਕ ਬੰਦਾ ਆਪਣਾ ਗ੍ਰਿਫਤਾਰ ਕੀ ਦੋ ਜਣੇ ਗ੍ਰਿਫਤਾਰ ਕੀਤੇ, ਅਰਸ਼ਦੀਪ ਸਿੰਘ ਅਤੇ ਸਾਹਿਬ ਸਿੰਘ। ਇਹਨਾਂ ਇੱਕ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ, ਅਤੇ ਇਹਨਾਂ ਤੋਂ 100 ਗ੍ਰਾਮ ਹੀਰੋਇਨ, 9,16,000 ਡਰੱਗ ਮਨੀ ਰਿਕਵਰ ਕੀਤੀ ਹੈ ਅਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਹੈ। ਅਰਸ਼ਦੀਪ 'ਤੇ ਇੱਕ ਮਾਮਲਾ ਦਰਜ ਹੈ, ਉਹ ਅੰਮ੍ਰਿਤਸਰ ਰੂਰਲ ਵਿੱਚ ਹੈ, NDPS ਦਾ ਹੀ ਮਾਮਲਾ ਦਰਜ ਹੈ। ਉਹ ਹਾਲੇ ਅਸੀਂ ਪੁੱਛਗਿੱਛ 'ਤੇ ਹਾਲੇ ਪਤਾ ਚੱਲੇਗਾ, ਹਾਲੇ ਅਸੀਂ ਕੱਲ੍ਹ ਹੀ ਇਹਨਾਂ ਨੂੰ ਅਰੈਸਟ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ। ਇਹ ਹਾਲੇ ਟੂ ਅਰਲੀ ਟੂ ਸੇ, ਅਸੀਂ ਤਾਂ ਹਾਲੇ ਕੱਲ੍ਹ ਹੀ ਫੜਿਆ ਅਤੇ ਹਾਲੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਪੁੱਛਗਿੱਛ ਕਰਾਂਗੇ। ਉਹ ਹਾਲੇ ਅਸੀਂ ਇਹ ਤਾਂ ਡਰੱਗ ਮਨੀ ਹੈ ਜੀ, ਇਹ ਡਰੱਗ ਦਾ ਕੰਮ ਕਰਦੇ ਹਾਂ।
ਬਿਲਕੁਲ ਖਰੀਦਣ ਵੇਚਣ ਦਾ ਹੀ ਕੰਮ ਕਰਦੇ ਹੈ ਜੀ। ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ। ਟੂ ਅਰਲੀ ਟੂ ਸੇ, ਹਾਲੇ ਤਾਂ ਅਸੀਂ ਫੜੇ ਹੀ ਆ ਜੀ, ਹਾਲੇ ਤਾਂ ਫੜਿਆ ਹੀ ਆ, ਅਤੇ ਇੱਥੇ ਇੱਕ ਮੁਕੱਦਮਾ ਪਹਿਲਾਂ ਵੀ ਅੰਮ੍ਰਿਤਸਰ ਰੂਰਲ ਵਿੱਚ ਦਰਜ ਹੈ, ਅਤੇ ਅਸੀਂ ਉਹ ਵੀ ਐਕਸਪਲੋਰ ਕਰਾਂਗੇ। NDPS ਦਾ ਜੀ, 100 ਗ੍ਰਾਮ ਹੀਰੋਇਨ ਦਾ। ਕਾਫੀ ਵੱਡੀ ਕੁਆਂਟੀਟੀ ਹੈ, ਪੈਸੇ ਦੀ ਗੱਲ ਕੀਤੀ ਹੈ, ਪੈਸੇ ਦੀ ਕਾਫੀ ਵੱਡੀ ਰਕਮ ਹੈ ਜੀ। ਕੋਈ ਹਥਿਆਰ ਵਗੈਰਾ ਮੌਕੇ ਤੇ ਕੋਈ ਵੈਪਨ ਨਹੀਂ? ਹਾਲੇ ਕੁਝ ਨਹੀਂ, ਕੋਈ ਹੋਰ ਵੀ ਲਿੰਕੇਜ ਨਹੀਂ? ਕਿਉਂਕਿ ਇੰਨੀ ਵੱਡੀ, ਉਹ ਹਾਲੇ ਅਸੀਂ ਐਕਸਪਲੋਰ ਕਰਾਂਗੇ ਜੀ ਹੋਰ ਵੀ ਲਿੰਕੇਜ। ਹੋਰ ਕੋਈ ਲੋਕ ਨੇ ਇਹਦੇ ਨਾਲ ਸ਼ਾਮਲ? ਇਹ ਤਾਂ ਹਾਲੇ 2 ਜਣੇ ਹੈਗੇ ਜੀ। ਇਸ ਤੋਂ ਇਲਾਵਾ ਆਪਣਾ ਫੈਸਟੀਵਲ ਸੀਜ਼ਨ ਦੇਖਦੇ ਹੋਏ ਅਤੇ ਪੁਲਿਸ ਕਮਿਸ਼ਨਰੇਟ ਦੇ ਵਿੱਚ ਪ੍ਰੋਪਰ ਟ੍ਰੈਫਿਕ ਦਾ ਫਲੋ ਦੇਖਦੇ ਹੋਏ ਟ੍ਰੈਫਿਕ ਪੁਲਿਸ ਅਤੇ ਆਪਣਾ ਇਨ ਲੋਕਲ ਪੁਲਿਸ ਸਟੇਸ਼ਨਸ ਨੇ ਕੁੱਲ 1364 ਚਲਾਨ ਕੀਤੇ ਹੈ ਜੀ ਪਿਛਲੇ 5 ਦਿਨਾਂ ਦੇ ਵਿੱਚ। ਉਹਦੇ ਵਿੱਚੋਂ 207 ਵਹੀਕਲ ਐਕਟ ਦੇ ਵਿੱਚ 88 ਵਹੀਕਲ ਇੰਪਾਊਂਡ ਕੀਤੇ ਹੈ ਅਤੇ ਕੁੱਲ 208 ਚਲਾਨ ਕੀਤੇ ਹੈ, ਜਿਨ੍ਹਾਂ ਵਿੱਚ 237 ਚਲਾਨ ਕੀਤੇ ਹੈ ਅਤੇ 118 ਈ ਚਲਾਨ ਕੀਤੇ, 452 ਮੌਕੇ ਵਾਲੇ ਚਲਾਨ ਕੀਤੇ, ਜਿਨ੍ਹਾਂ ਦਾ ਜੁਰਮਾਨਾ 2,52,000 ਬਣਦਾ ਹੈ, ਉਹ ਵੀ ਅਸੀਂ ਸਰਕਾਰ ਦੇ ਖਜ਼ਾਨੇ 'ਚ ਪੁਆਇਆ। ਅਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਮੈਂ ਇਹੀ ਅਪੀਲ ਕਰੂੰਗਾ ਕਿ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰਨ ਅਤੇ ਜਿਹੜੇ ਵੀ ਮੋਟਰਸਾਈਕਲ ਸਵਾਰ ਹੋਣ ਉਹ ਆਪਣਾ ਹੈਲਮੇਟ ਪਾ ਕੇ ਜਾਣ ਅਤੇ ਕਾਰਸ ਦੇ ਵਿੱਚ ਓਵਰ ਸਪੀਡਿੰਗ ਨਾ ਕਰਨ ਅਤੇ ਸੀਟ ਬੈਲਟ ਪਾ ਕੇ ਜਾਣ ਅਤੇ ਰੂਲਸ ਨੂੰ ਪ੍ਰੋਪਰ ਫੋਲੋ ਕਰਨ ਅਤੇ ਪਾਰਕਿੰਗ ਵੀ ਪ੍ਰੋਪਰ ਡੈਜ਼ਿਗਨੇਟਿਡ ਜਗ੍ਹਾ 'ਤੇ ਉੱਥੇ ਹੀ ਕਰਨ ਦੇ। ਸਰ, ਕਈ ਚੌਂਕਸ ਦੇ ਵਿੱਚ ਨਾ ਟ੍ਰੈਫਿਕ ਲਾਈਟਸ ਦੀ ਬੜੀ ਪ੍ਰੋਬਲਮ ਹੈ, ਖਾਦ ਹੈ, ਕਈ ਚੌਂਕਸ ਦੇ ਵਿੱਚ ਦੇਖਿਆ CCTV ਵੀ ਬੰਦ ਪਏ ਨੇ, ਉਹਦੇ ਵਾਸਤੇ ਕੋਈ ਕੋਆਪਰੇਸ਼ਨ ਦਾ ਤਾਲਮੇਲ ਕੀਤਾ ਗਿਆ? ਦੇਖੋ, ਜਿਹੜਾ ਤਾਂ ਟ੍ਰੈਫਿਕ ਲਾਈਟ ਖਰਾਬ ਅਤੇ CCTV ਦਾ ਹੈਗਾ, ਉਹ ਅਸੀਂ ਕੋਆਪਰੇਸ਼ਨ ਨਾਲ ਤਾਲਮੇਲ ਕੀਤਾ ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਸਾਰੀ ਲਾਈਟਾਂ ਠੀਕ ਹੋਣਗੀਆਂ ਅਤੇ ਜਿਹੜੇ CCTV ਸੀਗੇ ਉਹਨਾਂ ਦੇ ਵਿੱਚ ਕੋਈ ਫੋਲਟ ਪਿਆ, ਕਾਫੀ CCTV ਸਾਡੇ ਖਰਾਬ ਨੇ, ਉਹ ਵੀ ਅਸੀਂ